ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸੁੱਤੇ ਪਏ ਲੋਕਾਂ ਨੂੰ ਕੁਚਲ ਦਿੱਤਾ। ਦੱਸ ਦਈਏ ਕਿ ਇਹ ਇੱਕ ਗਰੀਬ ਪਰਿਵਾਰ ਸੀ ਜੋ ਡਿਵਾਈਡਰ ਤੇ ਪੁਲ ਦੇ ਥੱਲੇ ਸੁੱਤਾ ਪਿਆ ਸੀ, ਤਾਂ ਤੇਜ਼ ਰਫ਼ਤਾਰ ਕੀਆ ਕਾਰ ਇਹਨਾਂ ਤੇ ਚੜ ਗਈ, ਜਿਸ ਦੇ ਨਾਲ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਤੇ ਪੁਰਸ਼ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਕੀਆ ਕਾਰ ਨੇ ਆਪਣਾ ਕਹਿਰ ਮਚਾਇਆ, ਬੇਕਾਬੂ ਹੋ ਕੇ ਸੁੱਤੇ ਪਏ ਪਰਿਵਾਰ ਤੇ ਚੜ ਗਈ ਔਰ ਇੱਕ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਤਸਵੀਰਾਂ ਬਠਿੰਡਾ ਦੇ ਰੋਜ਼ ਗਾਰਡਨ ਪੁਲ ਦੇ ਥੱਲੇ ਦੀਆਂ ਨੇ, ਜਿੱਥੇ ਡਿਵਾਈਡਰ ਤੇ ਪਏ ਪਰਿਵਾਰ ਤੇ ਇਹ ਤੇਜ਼ ਰਫ਼ਤਾਰ ਕਾਰ ਚੜ ਗਈ ਔਰ ਮੌਕੇ ਤੇ ਹੀ ਇੱਕ ਬੱਚੀ ਦੀ ਮੌਤ ਹੋ ਗਈ, ਜਦਕਿ ਦੋ ਜਾਣਿਆਂ ਨੂੰ, ਜਿਸ ਦੇ ਵਿੱਚ ਪੁਰਸ਼ ਅਤੇ ਮਹਿਲਾ ਸ਼ਾਮਲ ਨੇ, ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਕੀਆ ਕਾਰ ਹੈ ਜੋ ਡਿਵਾਈਡਰ ਤੇ ਬੇਕਾਬੂ ਹੋਣ ਕਰਕੇ ਚੜ ਗਈ ਔਰ ਇਹ ਪਰਿਵਾਰ ਜੋ ਪੁਲ ਦੇ ਥੱਲੇ ਥਾਵਾਂ ਬਣੀਆਂ ਹੁੰਦੀਆਂ ਨੇ, ਤਾਂ ਬੇਘਰ ਜਿਹੜੇ ਲੋਕ ਨੇ ਅਕਸਰ ਉੱਥੇ ਸੌਂ ਜਾਂਦੇ ਨੇ, ਆਪਣੀ ਜ਼ਿੰਦਗੀ ਨੂੰ ਉਸੇ ਹੀ ਥਾਵਾਂ ਤੇ ਬਤੀਤ ਕਰਦੇ ਨੇ। ਤਾਂ ਉੱਥੇ ਇਹ ਤੇਜ਼ ਰਫ਼ਤਾਰ ਕੀਆ ਕਾਰ ਆ ਜਿਹੜੀ ਚੜ ਗਈ ਔਰ ਇੱਕ ਮਾਸੂਮ ਬੱਚੀ ਦੀ ਮੌਕੇ ਤੇ ਮੌਤ ਹੋ ਗਈ। ਬਠਿੰਡਾ ਤੋਂ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸੁੱਤੇ ਪਏ ਲੋਕਾਂ ਨੂੰ ਕੁਚਲ ਦਿੱਤਾ। ਦੱਸ ਦਈਏ ਕਿ ਇਹ ਇੱਕ ਗਰੀਬ ਪਰਿਵਾਰ ਸੀ ਜੋ ਡਿਵਾਈਡਰ ਤੇ ਪੁਲ ਦੇ ਥੱਲੇ ਸੁੱਤਾ ਪਿਆ ਸੀ, ਤਾਂ ਤੇਜ਼ ਰਫ਼ਤਾਰ ਕੀਆ ਕਾਰ ਇਹਨਾਂ ਤੇ ਚੜ ਗਈ, ਜਿਸ ਦੇ ਨਾਲ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਤੇ ਪੁਰਸ਼ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਕੀਆ ਕਾਰ ਨੇ ਆਪਣਾ ਕਹਿਰ ਮਚਾਇਆ, ਬੇਕਾਬੂ ਹੋ ਕੇ ਸੁੱਤੇ ਪਏ ਪਰਿਵਾਰ ਤੇ ਚੜ ਗਈ ਔਰ ਇੱਕ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਤਸਵੀਰਾਂ ਬਠਿੰਡਾ ਦੇ ਰੋਜ਼ ਗਾਰਡਨ ਪੁਲ ਦੇ ਥੱਲੇ ਦੀਆਂ ਨੇ, ਜਿੱਥੇ ਡਿਵਾਈਡਰ ਤੇ ਪਏ ਪਰਿਵਾਰ ਤੇ ਇਹ ਤੇਜ਼ ਰਫ਼ਤਾਰ ਕਾਰ ਚੜ ਗਈ ਔਰ ਮੌਕੇ ਤੇ ਹੀ ਇੱਕ ਬੱਚੀ ਦੀ ਮੌਤ ਹੋ ਗਈ, ਜਦਕਿ ਦੋ ਜਾਣਿਆਂ ਨੂੰ, ਜਿਸ ਦੇ ਵਿੱਚ ਪੁਰਸ਼ ਅਤੇ ਮਹਿਲਾ ਸ਼ਾਮਲ ਨੇ, ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਕੀਆ ਕਾਰ ਹੈ ਜੋ ਡਿਵਾਈਡਰ ਤੇ ਬੇਕਾਬੂ ਹੋਣ ਕਰਕੇ ਚੜ ਗਈ ਔਰ ਇਹ ਪਰਿਵਾਰ ਜੋ ਪੁਲ ਦੇ ਥੱਲੇ ਥਾਵਾਂ ਬਣੀਆਂ ਹੁੰਦੀਆਂ ਨੇ, ਤਾਂ ਬੇਘਰ ਜਿਹੜੇ ਲੋਕ ਨੇ ਅਕਸਰ ਉੱਥੇ ਸੌਂ ਜਾਂਦੇ ਨੇ, ਆਪਣੀ ਜ਼ਿੰਦਗੀ ਨੂੰ ਉਸੇ ਹੀ ਥਾਵਾਂ ਤੇ ਬਤੀਤ ਕਰਦੇ ਨੇ। ਤਾਂ ਉੱਥੇ ਇਹ ਤੇਜ਼ ਰਫ਼ਤਾਰ ਕੀਆ ਕਾਰ ਆ ਜਿਹੜੀ ਚੜ ਗਈ ਔਰ ਇੱਕ ਮਾਸੂਮ ਬੱਚੀ ਦੀ ਮੌਕੇ ਤੇ ਮੌਤ ਹੋ ਗਈ। ਬਠਿੰਡਾ ਤੋਂ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸੁੱਤੇ ਪਏ ਲੋਕਾਂ ਨੂੰ ਕੁਚਲ ਦਿੱਤਾ। ਦੱਸ ਦਈਏ ਕਿ ਇਹ ਇੱਕ ਗਰੀਬ ਪਰਿਵਾਰ ਸੀ ਜੋ ਡਿਵਾਈਡਰ ਤੇ ਪੁਲ ਦੇ ਥੱਲੇ ਸੁੱਤਾ ਪਿਆ ਸੀ, ਤਾਂ ਤੇਜ਼ ਰਫ਼ਤਾਰ ਕੀਆ ਕਾਰ ਇਹਨਾਂ ਤੇ ਚੜ ਗਈ, ਜਿਸ ਦੇ ਨਾਲ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਤੇ ਪੁਰਸ਼ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਕੀਆ ਕਾਰ ਨੇ ਆਪਣਾ ਕਹਿਰ ਮਚਾਇਆ, ਬੇਕਾਬੂ ਹੋ ਕੇ ਸੁੱਤੇ ਪਏ ਪਰਿਵਾਰ ਤੇ ਚੜ ਗਈ ਔਰ ਇੱਕ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਤਸਵੀਰਾਂ ਬਠਿੰਡਾ ਦੇ ਰੋਜ਼ ਗਾਰਡਨ ਪੁਲ ਦੇ ਥੱਲੇ ਦੀਆਂ ਨੇ, ਜਿੱਥੇ ਡਿਵਾਈਡਰ ਤੇ ਪਏ ਪਰਿਵਾਰ ਤੇ ਇਹ ਤੇਜ਼ ਰਫ਼ਤਾਰ ਕਾਰ ਚੜ ਗਈ ਔਰ ਮੌਕੇ ਤੇ ਹੀ ਇੱਕ ਬੱਚੀ ਦੀ ਮੌਤ ਹੋ ਗਈ, ਜਦਕਿ ਦੋ ਜਾਣਿਆਂ ਨੂੰ, ਜਿਸ ਦੇ ਵਿੱਚ ਪੁਰਸ਼ ਅਤੇ ਮਹਿਲਾ ਸ਼ਾਮਲ ਨੇ, ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਕੀਆ ਕਾਰ ਹੈ ਜੋ ਡਿਵਾਈਡਰ ਤੇ ਬੇਕਾਬੂ ਹੋਣ ਕਰਕੇ ਚੜ ਗਈ
ਔਰ ਇਹ ਪਰਿਵਾਰ ਜੋ ਪੁਲ ਦੇ ਥੱਲੇ ਥਾਵਾਂ ਬਣੀਆਂ ਹੁੰਦੀਆਂ ਨੇ ਤਾਂ ਬੇਘਰ ਜਿਹੜੇ ਲੋਕ ਨੇ ਅਕਸਰ ਉੱਥੇ ਸੌਂ ਜਾਂਦੇ ਨੇ, ਆਪਣੀ ਜ਼ਿੰਦਗੀ ਨੂੰ ਉਸੇ ਹੀ ਥਾਵਾਂ 'ਤੇ ਬਤੀਤ ਕਰਦੇ ਨੇ। ਤਾਂ ਉੱਥੇ ਇਹ ਤੇਜ਼ ਰਫ਼ਤਾਰ ਕੀਆ ਕਾਰ ਆ ਜਿਹੜੀ ਚੜ੍ਹ ਗਈ ਔਰ ਇੱਕ ਮਾਸੂਮ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ। ਬਠਿੰਡਾ ਤੋਂ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ।